ਬਸ ਅੱਛਾ ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਅਜਮਲੀ, ਤੁਸੀਂ ਦੇਖਦੇ ਪਏ ਹੋ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਮੇਰੇ ਤੱਕ ਪਹੁੰਚ ਸਕੇ। ਦੋਸਤਾਂ ਵਾਸਤੇ ਮਾਸ਼ਾਅੱਲਾ ਜੀ ਇੱਕ ਬੜੀ ਲਾਜਵਾਬ ਦੂਜਣ ਝੋਟੀ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਦੋਸਤੋ। ਵੀਡੀਓ ਪਸੰਦ ਆਵੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਆਪਣੇ ਕਮੈਂਟ ਦਾ ਜ਼ਰੂਰ ਕਰਨਾ। ਲੋਕੇਸ਼ਨ ਤਹਿਸੀਲ ਆਰਫਵਾਲਾ, ਜ਼ਿਲ੍ਹਾ ਭਾਗਪਤ ਨੇ ਕੈਮਰਾਮੈਨ ਸਾਹਿਬ ਜਨਾਬ ਕਰਾਉਣਗੇ ਤਸੱਲੀਆਂ ਔਰ ਮਾਸ਼ਾਅੱਲਾ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਬੜੀ ਲਾਜਵਾਬ ਔਰ ਬੜੀ ਹੀ ਖੂਬਸੂਰਤ ਹੈ ਢਾਕਾ ਖੁੱਡਾ ਮਾਸ਼ਾਅੱਲਾ, ਬੜਾ ਪਿਆਰਾ ਲੱਗਿਆ ਹੋਇਆ ਹੱਡੀ ਇੱਕ ਥਣ ਮਾਸ਼ਾਅੱਲਾ ਪੂਰਾ ਮੁੱਠ ਭਰ ਔਰ ਥਣਾਂ ਦੇ ਵਿੱਚ ਪੂਰੀ ਗਿੱਠ ਗਿੱਠ ਵਾਂਡੇ, ਪਿਛਲੇ ਦੋਨੋਂ ਖੁਰ ਸਫੈਦ ਨੇ ਔਰ ਮਾਸ਼ਾਅੱਲਾ ਪਸ਼ਮ ਦੇ ਨਾਲ ਝੋਟੀ ਭਰੀ ਹੋਈ ਹੈ, ਦੋਨੀ ਕੋਲੀ ਤੋਂ ਬਿਲਕੁਲ ਸਾਫ਼ ਹੈਗੀ ਹੈ। ਲੈਣੇ ਦੇਣੇ ਨਸੀਬ ਹੁੰਦੇ ਨੇ, ਬਾਕੀ ਦੋਸਤਾਂ ਵਾਸਤੇ ਮਿਹਨਤ ਕਰੀ ਦੀਏ ਔਰ ਜਨਾਬ ਕੋਸ਼ਿਸ਼ ਕਰਕੇ ਸਾਫ਼ ਸੁਥਰਾ ਜਾਨਵਰ ਲੈ ਕੇ ਹਾਜ਼ਰ ਹੋਈਦਾ। ਅੱਜ ਮੇਰੇ ਵੀਰਾਂ ਵਾਸਤੇ ਲਾਜਵਾਬ ਔਰ ਬੜੀ ਹੀ ਖੂਬਸੂਰਤ ਮੱਝ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਮੱਥਾ ਸਫੈਦ ਹੈ, ਅੱਖਾਂ ਕਾਲੀਆਂ ਨੇ, ਦੋਨਾਂ ਅੱਖਾਂ ਦੇ ਵਿੱਚ ਬਰਾਬਰ ਜਵਾਬ ਹੈਗਾ ਔਰ ਮਾਸ਼ਾਅੱਲਾ ਇਸ ਤਰ੍ਹਾਂ ਦਾ ਉੱਠਾ ਢਾਕਾ ਖੁੱਡਾ ਹਰ ਇੱਕ ਚੀਜ਼ ਤਸੱਲੀ ਨਾਲ ਦਿਖਾਈ ਜਾਣੀ ਹੈ। ਇਸ ਤਰ੍ਹਾਂ ਦਾ ਜਨਾਬ ਢਾਕਾ ਖੁੱਡਾ ਪੁੱਠਾ ਆਮ ਮੱਝ ਨੂੰ ਨਹੀਂ ਲੱਗਿਆ ਹੁੰਦਾ, ਨਸਲ ਜ਼ਾਤ ਮਾਸ਼ਾਅੱਲਾ ਝੋਟੀ ਦੀ ਪੂਰੀ ਹੈ। ਕੈਮਰੇ ਦੀ ਨਜ਼ਰ 'ਚ ਮੇਰੇ ਵੀਰਾਂ ਨੂੰ ਆਪਾਂ ਤਸੱਲੀ ਕਰਵਾਉਣੀ ਹੈ, ਟੋਰ ਫੇਰ ਕੇ ਹਰ ਇੱਕ ਚੀਜ਼ ਦਿਖਾਈ ਜਾਵੇਗੀ ਔਰ ਜਨਾਬ ਮਾਲਕਾਂ ਨੂੰ ਰਿਕੁਐਸਟ ਕਰਾਂਗੇ ਕਿ ਜਨਾਬ ਮੁੱਲ ਹੈ ਜਿਹੜਾ ਜਾਇਜ਼ ਮਕੂਲ ਕਰਨ। ਭਾਈਜਾਨ ਅਗਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਲਾਈਵ ਚੁਆਈ ਵਿੱਚ ਕਰਵਾ ਲਈ ਤਾਂ ਕਿ ਕੋਈ ਫਾਰਾ ਛੱਟਾ ਗੰਢ ਮਰੋੜੀ ਵਿੱਚ ਪਤਾ ਲੱਗ ਜਾਏਗਾ। ਸਭ ਗਰੰਟੀਆਂ ਹੋਣਗੀਆਂ, ਸਭ ਗਰੰਟੀਆਂ ਮੈਂ ਹੈਗੀਆਂ, ਮੈਂ ਆਪਣੀ ਇਨਸ਼ਾਅੱਲਾ ਕੋਈ ਯਾਨੀ ਕੋਈ ਦਾਗ ਨਹੀਂ ਹਲਾ ਮਾਰੇ ਚੱਲੇ ਨਾ ਕਿਹੜਾ ਨਾ ਜਰਾ ਚੁਆਈ ਪੈਸੇ ਕਰਵਾ ਲੈਣੇ ਨਾ ਫਿਰ ਕੋਈ ਦੋਸਤ ਮੰਗੇਗਾ ਜਾਂ ਉੱਪਰ ਆਵੇਗਾ ਤਾਂ ਕਿਉਂ ਲਏਗਾ। ਲਓ ਜੀ ਦੋਸਤੋ, ਝੋਟੀ ਦੇ ਤੁਰਨ ਫਿਰਨ ਦੇ ਵਿੱਚ ਜਨਾਬ ਕਿਸੇ ਕਿਸਮ ਦੀ ਕੋਈ ਕਵਿਤਾ ਹੀ ਨਹੀਂ, ਲੈਣੇ ਦੇਣੇ ਨਸੀਬ ਹੁੰਦੇ ਨੇ। ਬਾਕੀ ਜਾਨਵਰ ਮੇਰੇ ਵੀਰਾਂ ਵਾਸਤੇ ਸਾਫ਼ ਸੁਥਰਾ ਔਰ ਤਸੱਲੀ ਬਖਸ਼ ਲੈ ਕੇ ਹਾਜ਼ਰ ਹੋਈਦਾ। ਮਾਲਕਾਂ ਦੀ ਜਨਾਬ ਇਹ ਗਰੰਟੀ ਹੈ ਕਿ ਦੋ ਚਵਾਈਆਂ ਚਾਰ ਚਵਾਈਆਂ ਕਿੰਨੀਆਂ ਕਿਸੇ ਦਾ ਦਿਲ ਕਰੇ ਚਵਾਈਆਂ ਕਰਾ ਸਕਦੇ ਹੋ। ਝੋਟੀ ਮਾਸ਼ਾਅੱਲਾ ਪਿਓਰ ਨੀਲੀ ਹੈ, ਅਗਰ ਕੋਈ ਮੇਰਾ ਵੀਰ ਕਵੇ ਕਿ ਇਹਦੇ ਵਿੱਚ ਕਰਾਸ ਹੈ ਤੇ ਮਾਲਕਾਂ ਦਾ ਕਹਿਣਾ ਕਿ ਝੋਟੀ ਦਾ ਇੱਕ ਰੁਪਿਆ ਨਾ ਲਵਾਂਗੇ। ਮਾਸ਼ਾਅੱਲਾ ਵੱਡਾ ਕੱਦ ਹੈ, ਛੋਟਾ ਕੱਦ ਨੇ, ਲਾਮ ਪੂਰੀ ਹੈ, ਨਸਲ ਜ਼ਾਤ ਪੂਰੀ ਹੈ ਔਰ ਥਣਾਂ ਦੇ ਵਿੱਚ ਪੂਰੀ ਗਿੱਠ ਗਿੱਠ ਵਾਂਡੇ, ਵੱਡੇ ਕੱਦ ਹੈ, ਵੱਡੇ ਕੱਦ, ਵੱਡਾ ਕੱਦ ਹੈ ਮਾਸ਼ਾਅੱਲਾ ਔਰ ਥੱਲੇ ਕੱਟਾ। ਕੈਮਰਾਮੈਨ ਸਾਹਿਬ ਪੂਰੀ ਤਸੱਲੀ ਦੇ ਨਾਲ ਜਾਨਵਰ ਦਿਖਾ ਰਹੇ ਨੇ। ਉਸਤਾਦ ਜੀ ਨੂੰ ਲਾਓ ਪੈੜਾ, ਇਹਦਾ ਜਨਾਬ ਜਿਹੜਾ ਬੱਚਾ ਜੀ ਥੱਲੇ ਲਾਓ ਤਾਂ ਕਿ ਜਿਹੜਾ ਨਾ ਮਾਸ਼ਾਅੱਲਾ ਜੀ ਚੈੱਕ ਕਰੋ, ਤੁੰਨੀ ਤੋਂ ਲੈ ਕੇ ਸੂਦ ਡੋਡੇ ਤੱਕ ਮਾਸ਼ਾਅੱਲਾ ਝੋਟੀ ਨੂੰ ਹਵਾਨਾ ਹੈ। ਕੈਮਰੇ ਦੀ ਨਜ਼ਰ 'ਚ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਮੇਰੇ ਦੋਸਤਾਂ ਵੀਰਾਂ ਜਨਾਬ ਇੱਕ ਖੁਸ਼ੀ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਹੈ ਕਿਉਂਕਿ ਐਂਡ 'ਤੇ ਹੀ ਹਰ ਇੱਕ ਚੀਜ਼ ਦੁੱਧ ਵਾਧਾ ਘਾਟਾ ਔਰ ਜਨਾਬ ਮੁੱਲ ਐਂਡ 'ਤੇ ਹੀ ਹੁੰਦਾ।
ਲੋ ਪਾਣੀ ਛੱਡੋ ਬੱਚਾ ਨਹੀਂ ਗਰਾਂ ਭਾਈ ਲਾਓ ਪੈੜਾ ਪੈੜਾ ਲਾ ਦੇ ਤੁਸੀਂ ਪੈੜਾ ਲਾ ਦੇ ਪਾਣੀ ਲਿਆ ਦੂਸਰੀ ਗੱਲ ਇਹ ਕਿ ਵੰਗ ਅਗਰ ਲੈਂਦੀ ਜਾਂ ਨਹੀਂ ਲੈਂਦੀ ਵੰਗ ਵੀਡੀਓ ਚ ਲਾਜ਼ਮੀ ਲਾਣਾ ਕਿਉਂਕਿ ਜਾਨਵਰ ਡਰਨ ਲੱਗਿਆ ਪਤਾ ਨਹੀਂ ਲੱਗਦਾ ਪੈੜਾ ਬਾਅਦ ਮੈਂ ਤੇ ਧੁੱਪ ਬੜੀ ਹੈ ਨਾ ਇਸ ਚ ਧੁੱਪ ਤੇ ਅਸਲ ਚ ਫਿਰ ਜੇ ਟਾਈਮ ਨਹੀਂ ਹੈਗਾ ਅਜੇ ਹੋਣੀ ਅੰਦਰ ਦੋ ਚੁਕੜੀਆਂ ਮੈਂ ਆਇਆ ਕਿ ਮੈਂ ਪੱਠੇ ਜਾਨ ਨਹੀਂ ਛੱਡਦੀ ਪਈ ਮੱਝ ਵੈਸੇ ਵੀ ਭੁੱਖੀ ਹੈ ਤਾਂ ਜੀ ਗੱਲ ਇਹ ਕਿ ਫਿਰ ਕਿਹੜਾ ਇਹਦਾ ਟਾਈਮ ਹੋਇਆ ਟਾਈਮ ਨਹੀਂ ਉੱਧਰ ਲਾ ਉੱਥੇ ਇੱਥੇ ਲਾ ਜਾ ਲਓ ਜੀ ਮਾਸ਼ਾਅੱਲਾ ਵੱਡੇ ਕੱਦ ਦੇ ਵਿੱਚ ਟਾਕਾਂ ਖੁੱਡਾ ਮਾਸ਼ਾਅੱਲਾ ਮੱਝ ਨੂੰ ਬੜਾ ਪਿਆਰਾ ਲੱਗਿਆ ਔਰ ਮਾਸ਼ਾਅੱਲਾ ਜਾਨਵਰ ਸਾਫ਼ ਸੁਥਰਾ ਕਿਸੇ ਕਿਸਮ ਦੀ ਕੋਈ ਕਮੀ ਖਤਾਈ ਵਾਲੀ ਗੱਲ ਨਹੀਂ ਹੈਗੀ ਲੈਣੇ ਦੇਣੇ ਨਸੀਬ ਨੇ ਬਾਕੀ ਜਾਨਵਰ ਦੀ ਤਸੱਲੀ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰ ਲੈਣੀ ਹੈ ਲਓ ਜੀ ਮਾਸ਼ਾਅੱਲਾ ਥੱਲੇ ਕੱਟਿਆ ਬੜਾ ਲਾਜਵਾਬ ਬਿਮਾਰ ਇਹਨੂੰ ਮਾੜਾ ਜਿਹਾ ਮੱਝ ਨੂੰ ਇਸ ਤਰੀਕੇ ਕਰ ਲਵੇ ਨਹੀਂ ਮੇਰਾ ਭਰਾ ਇਹਨੂੰ ਵੰਗ ਲਾ ਲਵੀ ਲਾਉਣਾ ਚਾਹੀਦਾ ਵੀਡੀਓ ਦੇ ਵਿੱਚ ਕਿਉਂਕਿ ਜਾਨਵਰ ਡਰ ਵੀ ਜਾ ਲਓ ਜੀ ਦੋਸਤੋ ਇਹ ਸਿਰਫ ਆਪਾਂ ਕੋਈ ਦੋ ਤਿੰਨ ਮਿੰਟੀ ਜਾਂ ਕੋਈ ਸਾਗਦਾ ਨਹੀਂ ਲਾਉਣ ਲੱਗੇ ਸਿਰਫ ਆਪਾਂ ਇਹਦਾ ਫੁਹਾਰਾ ਛੱਟਾ ਚੈੱਕ ਕਰਨਾ ਬਾਕੀ ਅਸੀਲਤ ਦਾ ਪਤਾ ਲੱਗ ਜਾਏਗਾ ਹਰ ਇੱਕ ਚੀਜ਼ ਦੀ ਤਸੱਲੀ ਕਰਵਾਉਣੀ ਆਪਾਂ ਔਰ ਜਿਹੜਾ ਮੇਰਾ ਵੀਰ ਇਨਸ਼ਾਅੱਲਾ ਇਹਨੂੰ ਲੈ ਕੇ ਜਾਵੇਗਾ ਉਹ ਦੁਨੀਆ ਦਿਲ ਕਰੇ ਚਵਾਈਆਂ ਕਰ ਸਕਦਾ ਚਵਾਈਆਂ ਤੋਂ ਜਨਾਬ ਨਾ ਅਸੀਂ ਭੱਜਦੇ ਹਾਂ ਅਤੇ ਨਾ ਹੀ ਮਾਲਕ ਭੱਜਦੇ ਨੇ ਲਓ ਜੀ ਮਾਸ਼ਾਅੱਲਾ ਪਸਮਾ ਕਰਕੇ ਜਿੱਦਾਂ ਥਣ ਹੈ ਸੀ ਉੱਥੇ ਮੋਟਾ ਕੀਤਾ ਲੰਮਾ ਨਹੀਂ ਕੀਤਾ ਇੱਕ ਤਾਂ ਹੁੰਦਾ ਕਿ ਮੱਝਾਂ ਪਸਮਾ ਕਰਕੇ ਥਣ ਚੈੱਕ ਕਰਾ ਲਓ ਜੀ ਥਣ ਥਣ ਚੈੱਕ ਕਰਾ ਲਓ ਮਾਸ਼ਾਅੱਲਾ ਉਹਨੇ ਥਣ ਇੱਥੇ ਵੇਖੋ ਜੀ ਵਿਰਲ ਕਿੰਨੀ ਤੇ ਥਣ ਕਿਵੇਂ ਹੈ ਉੱਥੇ ਰੁਕ ਰੁਕਦਾ ਮਾਸ਼ਾਅੱਲਾ ਪੂਰੀ ਗਿੱਟ ਗਿੱਟ ਵਿਰਲ ਦਿੱਤੀ ਝੋਟੀ ਨੇ ਛੱਲਾ ਜਿੰਨਾ ਹੈਗਾ ਸੀ ਉੱਥੇ ਹੀ ਮੋਟਾ ਕੀਤਾ ਉੱਥੇ ਰੁਕ ਰੁਕਦਾ ਔਰ ਮਾਸ਼ਾਅੱਲਾ ਨਸਲ ਜ਼ਿਆਦਾ ਝੋਟੀ ਦੀ ਬੁਰੀ ਹੈ ਪਤਾ ਲੱਗ ਜਾਂਦਾ ਕਿ ਮੱਝ ਪੋਲੀ ਹੋਈ ਹੈ ਮਾਸ਼ਾਅੱਲਾ ਬੜੀ ਪੋਲੀ ਹੈ
ਗਾਂ ਨੂੰ ਪਾਣੀ ਬਣਾ ਕੇ ਖਾਣਾ। ਰਜਬ ਅਲੀ ਮਾਸ਼ਾਅੱਲਾ ਮੈਂ ਜੀ ਗਾੜੀ ਬੜੀ ਹੋਈ ਹੈ, ਬਹੁਤ ਗਾੜੀ ਮੈਂ ਦੀ ਮਾਸ਼ਾਅੱਲਾ, ਬੜੀ ਬੜੀ ਮੈਂ ਚੋਈ, ਲੇਕਿਨ ਇੰਨੀ ਗਾੜੀ ਕਿਸੇ ਮੈਂ ਦੀ ਨਹੀਂ ਜਿੰਨੀ ਮਾਸ਼ਾਅੱਲਾ ਇਸ ਮੈਂ ਦੀ ਗਾੜੀ ਹੈ। ਮਾਸ਼ਾਅੱਲਾ ਜੀ ਨਸਲਾਂ ਦੇ ਦੁੱਧ ਦਿੰਦੇ ਨੇ, ਬੇਨਸਲੀ ਜਿਹੜੀ ਜਾਨਵਰੀ ਉਹਦੀ ਦੁੱਧ ਦਿੰਦੇ। ਆ ਦੇਖ ਲਓ ਮਾਸ਼ਾਅੱਲਾ ਗਾੜੀ ਚ ਮਾਸ਼ਾਅੱਲਾ ਪਾ ਦੇ, ਮਾਸ਼ਾਅੱਲਾ ਜੀ ਪੂਰੀ ਬਾਲਟੀ ਕੱਢੀ ਮਾਸ਼ਾਅੱਲਾ ਦੁੱਧ ਦੀ, ਗਾੜੀ ਗਾੜੀ ਦੇ ਵਿੱਚੋਂ ਮਾਸ਼ਾਅੱਲਾ ਬਾਲਟੀ ਭਰੀ ਗਈ। ਔਰ ਇਨਸ਼ਾਅੱਲਾ ਜਿਹੜਾ ਮੇਰਾ ਵੀਰ ਲੈ ਕੇ ਜਾਵੇਗਾ, ਯਾਦ ਕਰੇਗਾ ਕਿ ਵਾਕਿਆ ਹੀ ਜਾਨਵਰ ਲੈ ਕੇ ਆਏ। ਬਦਲ ਲਈਏ ਆਪ ਜੀ ਬਾਲਟੀ, ਮਾਸ਼ਾਅੱਲਾ ਗਾੜੀ ਦੀ ਗਾੜੀ ਚੋਈ ਜਾ ਬਾਲਟੀ ਫੜਾ ਬੰਦੇ, ਗਾੜੀ ਦੇ ਵਿੱਚੋਂ ਪੂਰੀ ਬਾਲਟੀ ਹੋਈ ਹੈ ਨਜ਼ਰ ਆ ਰਹੀ ਹੈ। ਅੱਛਾ ਹੈਗਾ, ਹਲੇ ਤੱਕ ਮੇਰਾ ਅੰਦਾਜ਼ਾ ਦੁੱਧ ਖੜਿਆ ਗਾੜੀ 'ਚ ਕਿ ਨਹੀਂ। ਹਾਂ ਕਿੱਦਾਂ ਕੋ ਤਿੰਨ ਪਛਾ ਰੋ ਜਾਵੇ, ਇਹਦਾ ਮਤਲਬ ਇਹ ਗਾੜੀ ਵਿਛਾੜੀ ਦੀ ਬਰਾਬਰ ਹੁੰਦੀ। ਹਾਂ ਨਹੀਂ ਵਿਛਾੜੀ ਫਟੇਗੀ ਗਾੜੀ ਨਾਲੋਂ। ਕੋਈ ਘਾਟਾ ਨਹੀਂ, ਕੋਈ ਵਾਧਾ ਨਹੀਂ, ਕੋਈ ਛੱਟਾ ਨਹੀਂ, ਔਰ ਕੋਈ ਫਰ ਨਹੀਂ, ਔਰ ਛੱਤੇ ਫੁਆਰੇ ਤੋਂ ਵੀ ਬਿਲਕੁਲ ਸਾਫ ਔਰ ਖਾਣਾ ਦੇ ਵਿੱਚ। ਆ ਜੋ ਰਜਬ ਅਲੀ ਅੱਧਾ ਕਿਲੋ ਤਿੰਨ ਭਾਅ ਵੀ ਹੈ ਪੱਕਾ? ਬਿਲਕੁਲ ਜੀ, ਤਕਰੀਬਨ ਅੱਧਾ ਕਿਲੋ ਤੋਂ ਉੱਤੇ ਤਿੰਨ ਭਾਅ ਨੇੜੇ ਹੀ ਹੈ ਤਕਰੀਬਨ। ਪਾਣੀ ਬਾਲਟੀ ਮੈਂ ਕੱਢੀ ਗਾੜੀ ਗਾੜੀ, ਔਰ ਹਲਾਮ ਦਾ ਗਾੜੀ ਮੈਂ ਹੈ ਮਾਸ਼ਾਅੱਲਾ ਬੜੀ।
ਮੇਰਾ ਸ਼ਹਿਰ ਲੈ ਨਾ ਵੇ ਪੈਰੀਆਂ ਨਾ ਬੈਠੀਆਂ ਨੀ ਘਰ ਹਾਂਜੀ ਦੁੱਧ ਇਨਸ਼ਾਅੱਲਾ ਅਲਹਮਦੁਲਿਲਾ ਜੋ ਬੰਦਾ ਲੈਣ ਵਾਲਾ ਹੋਵੇਗਾ ਨਾ ਤਕਰੀਬਨ ਕੋਈ ਬਾਲਟੀ 5 ਕਿਲੋ ਧੋਵੇਗੀ ਕਿ ਨਹੀਂ ਅੱਜ ਦੀ ਸਫਾਈ ਕਰ ਰਿਹਾ ਕਿਹੜੀ ਇਹ ਬਾਲਟੀ 5 ਕਿਲੋ ਦੀ ਆ ਉਹ ਬਾਲਟੀ 7 ਕਿਲੋ ਦੀ ਹੈ 5 ਕਿਲੋ ਦੀ ਬਾਲਟੀ ਨੇ ਅਗਾੜੀ ਗਾੜੀ ਚ ਭਰੀ ਚਲੋ ਜੱਗ ਜੱਗਾ ਤੇ 4 ਕਿਲੋ ਪੱਕੀ ਗਾੜੀ ਮਾਰੀ ਦੀ ਮਾਸ਼ਾਅੱਲਾ 4 ਕਿਲੋ ਗਾੜੀ ਬਹੁਤ ਹੁੰਦੀ ਮਾਸ਼ਾਅੱਲਾ ਲੋ ਭਾਈ ਇਹਨਾਂ ਕੋ ਛੱਟਾ ਫਰਾ ਵੇਖ ਲਓ ਬਾਕੀ ਥਾਰੀ ਬਰਾਬਰ ਕਰੇ ਬੱਚੇ ਦੋ ਛੱਡਣ ਲੱਗਾ ਮੈਂ ਆ ਦੁੱਧ ਮੈਂ ਬੱਚੇ ਛੱਡਣ ਲੱਗਿਆ ਜੀ ਠੀਕ ਦੁੱਧ ਦੀ ਮਾਸ਼ਾਅੱਲਾ ਸਹਿ ਖੜਾ ਹੈ ਯਾਰ ਭਾਈ ਜਾਨ ਆਪਾਂ ਸਿਰਫ ਨਾ ਇਹਦੀ ਜਿਹੜਾ ਨਾ ਛੱਟਾ ਫੁਆਰਾ ਔਰ ਥਣਾ ਦਾ ਵਾਦਾ ਕਾਟਾ ਚੈੱਕ ਕਰ ਅਲਹਮਦੁਲਿਲਾ ਛੱਟਾ ਫੁਆਰਾ ਕੋਈ ਨਹੀਂ ਕਈ ਮਾਲ ਬੈਗ ਚੜੇ ਤੇ ਪੋਲੀ ਬੜੀ ਹੈ ਬੱਚਾ ਛੱਡ ਦਿਓ ਜੀ ਇਹ ਜੀ ਦੁੱਧ ਜੀ ਮਾਸ਼ਾਅੱਲਾ ਦੋਸਤੋ ਬੱਚੇ ਨੂੰ ਦੁੱਧ ਰਜਮਾ ਛੱਡਿਆ ਛੱਡਾ ਵੇਖ ਲਓ ਦਿਮਾਗ ਨਜ਼ਰ ਆਉਂਦਾ ਪਿਆ ਇਹ ਚੈੱਕ ਕਰੋ ਛਾੜੀ ਦੇ ਵਿੱਚ ਵੀ ਰਜਮਾ ਦੁੱਧ ਖੜਾ ਹੈ ਔਰ ਮਾਸ਼ਾਅੱਲਾ ਇਹ ਚੈੱਕ ਕਰੋ ਜਦੋਂ ਬਾਲਟੀਆਂ 7 ਕਿਲੋ ਦੀਏ ਇੱਕ 5 ਕਿਲੋ ਦੀਏ ਔਰ ਜਨਾਬ ਬਾਕੀ ਸਾਰੀ ਡਿਟੇਲ ਪਾਈਰੋਂ ਕੋਲੋਂ ਲੈ ਲੈਣੀ ਆ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਲੇਕਿਨ ਜਦੋਂ ਮੈਂ ਬੱਚਾ ਲੈ ਲਵੇ ਕਿ ਨਾ ਉਹ ਮੈਂ ਹਵਾਨਾ ਵੇਖ ਕੇ ਐਂ ਲੱਗੇ ਜਿਵੇਂ ਖੰਗਰ ਮੈਂ ਮਾਸ਼ਾਅੱਲਾ ਐਂ ਨਹੀਂ ਪੂਰਾ ਨਿਚਲ ਜਾਏ ਮਾਸ਼ਾਅੱਲਾ ਐਵੇਂ ਜਿੰਨਾ ਹਵਾਨਾ ਸੀ ਦੁੱਧ ਕੱਢਿਆ ਹੁਣ ਵੀ ਨੁਚੜੀ ਖੜੀ ਬਾਕੀ ਇਹ ਕਿ ਭਾਈ ਜਾਨੇ ਕਿੰਨਵਾਂ ਸੁਬਾਹ ਸੂਈ ਹੈ ਤੇ ਕਿੰਨੇ ਦਿਨਾਂ ਦੀ ਸੂਈ ਇਹਨ ਤੱਕ ਬਾਰੇ ਜਨਾ 8 ਤੋਂ 10 ਦਿਨ ਹੋ ਗਏ ਮੈਂ ਸੂਈ ਨੂੰ 10 ਦਿਨ ਹੋ ਗਏ ਪੱਕੇ ਗਿਆ ਮੈਂ 8 ਤੋਂ 10 ਦਿਨ ਹੋ ਗਏ ਨੇ ਮੱਜ ਸੂਈ ਨੇ ਹਾਂ 8 ਤੋਂ 10 ਦਿਨ ਪੱਕੇ ਗਿਆ ਮੈਂ ਤੱਕ ਮੈਲਾ ਤੇ ਨਹੀਂ ਸੁਣਨਾ ਸ਼ੁਰੂ ਮੈਲਾ ਮੈਂ ਅੱਜ ਕੱਲ ਦਾ ਸਟ੍ਰੈਸ ਨਹੀਂ ਕਰਦਾ ਕੱਲ ਦਾ ਸੁਣਨਾ ਸ਼ੁਰੂ ਕਰ ਦਿੱਤਾ ਗਰਮੀ ਇੰਨੀ ਪੈਂਦੀ ਸੀ ਬਿਲਕੁਲ ਗਰਮੀ ਪੈਂਦੀ ਸੀ ਉਹਨਾਂ ਨੇ ਮੈਲਾ ਸੁਣਨਾ ਸ਼ੁਰੂ ਕਰ ਲਿਆ ਦੂਸਰੀ ਗੱਲ ਇਹ ਕਿ ਜਨਾਬ ਥਣਾ ਦਾ ਆਪਾਂ ਚੈੱਕ ਕਰ ਲਈਏ ਚਵਾਈ ਇਸੇ ਵਾਸਤੇ ਕਰਵਾਈ ਜੀ ਬਿਲਕੁਲ ਦੁੱਧ ਦੋ ਟਾਈਮ ਦਾ ਜਿਹੜਾ ਆਪਾਂ ਕਿਸੇ ਬੰਦੇ ਨੂੰ ਚਵਾ ਲੈਣਾ ਉਹ ਕਿੰਨਾ ਬਾਕੀ ਤਾਂ ਹੁੰਦਾ ਪਾਏ ਦਾ ਤੇ ਨਸੀਬਾਂ ਦਾ ਬਾਕੀ ਕਿਹੜਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਦੁੱਧ 14 ਕਿਲੋ ਚਵਾ ਦੇਣਾ ਦੁੱਧ 14 ਕਿਲੋ ਦੁੱਧ ਜਿਹੜਾ ਕਨਫਰਮ ਆਪਾਂ ਚਵਾ ਕੇ ਦੇਣਾ ਅਲਹਮਦੁਲਿਲਾ 14 ਕਿਲੋ ਦੋ ਟਾਈਮ ਆਪਣੇ ਆਪ ਚੱਲ ਕੇ ਆ ਜਾਏ ਅਲਹਮਦੁਲਿਲਾ ਦੋ ਟਾਈਮ ਚਵਾ ਦੇਾਂਗੇ ਚਾਰ ਟਾਈਮ ਚਵਾ ਦੇਾਂਗੇ 14 ਕਿਲੋ ਚਵਾ ਦੇਾਂਗੇ ਨਿਚੋੜ ਦਾ ਨਿਚੋੜ ਹਾਂਜੀ ਤੇ ਪਈਆਂ ਨੇ ਦੀ ਕਿੰਨੀ ਡਿਮਾਂਡ ਕਰ ਰਹੇ ਨੇ ਦੂਸਰਾ ਜੇ ਜਹਿਰ ਮੈਂ ਦੂਸਰਾ ਸਵਾ ਕੋਈ ਬੰਦਾ ਇਹਨੂੰ ਕਹੇ ਕੋਈ ਤੀਸਰਾ ਸਵਾ ਬਣਾ ਦੇ ਮੈਂ 100 ਰੁਪਏ ਲਾਂਗੇ ਫਿਰ ਕੋਈ ਬਰਾ ਕਹੇ ਦੇ ਵੀ ਨੀਲੀ ਦੀ ਮੈਂ ਨਹੀਂ ਆਈ ਫਿਰ ਵੀ ਮੈਂ 100 ਰੁਪਏ ਲਾਂਗਾ ਮੱਝ ਆਪਾਂ ਫ੍ਰੀ ਦੇ ਦਿਆਂਗੇ ਫ੍ਰੀ ਦੇਾਂਗੇ ਇਨਸ਼ਾਅੱਲਾ ਇਹ ਗੱਲ ਮੈਂ ਪਹਿਲੇ ਕੀਤੀ ਹੈ ਕਿ ਇਨਸ਼ਾਅੱਲਾ ਮਾਲਕਾਂ ਦੀ ਗਰੰਟੀ ਹੋਵੇਗੀ ਕਿ ਮੱਝ ਹੈ ਹੀ ਪਿਓਰ ਨੀਲੀ ਦੀ ਤੇ ਦੂਸਰਾ ਦੁੱਧ 14 ਕਿਲੋ ਹੈ ਹਾਂਜੀ ਥੱਲੇ ਦੇ ਕੱਟਿਆ 10 ਦਿਨ ਦੀ ਸੂਈ ਹੋਈ 10 ਦਿਨ ਹੋ ਸੁਣ ਮੈਂ ਕਿਹਾ ਤਾਂ 5 ਪੈਸੇ ਆਸ ਗੱਲ ਮੁਕਣੀ ਹੈ ਪੈਸਿਆਂ ਤੇ ਆ ਜਿਹੜਾ ਵੀਰੇ ਦੇ ਥੱਲੇ ਜਿਹੜੇ ਪੈਸੇ ਪੱਕੇ ਆਪਾਂ ਲੈਣੇ ਨੇ ਨਾ ਓਕੇ
ਰਜਬ ਅਲੀ ਬਾਈ ਹੁਣ ਤੇ ਮੁੱਲ ਵੇਖੇ ਨਾ ਤੇ ਮਾੜੀ ਮਾੜੀ ਦੇ ਬੰਦੇ 12 13 12 13 ਲੇਕਿਨ ਨੰਗ 12 ਨੰਗ 13 ਨੰਗ 10 ਉਹ ਨਹੀਂ ਕਿ ਮੈਂ ਮੁੱਲ ਗੱਬਰ ਮੈਂ 10 ਲੱਖ ਹੀ ਕਰਦਾ ਰਿਹਾ ਗੱਲ ਕੋਈ ਨਹੀਂ ਬਿਲਕੁਲ ਸੁਣਦੇ ਰਹੇ ਸੀ 10 ਲੱਖ ਕਰਦੇ ਮੈਂ ਲੇਕਿਨ ਫਾਈਨਲ ਆਪਾਂ ਪੱਕੀ ਮੈਚ ਦੇਣਗੇ ਪੂਰੇ 8 ਲੱਖ ਦੀ 8 ਲੱਖ ਜੀ ਬਿਲਕੁਲ ਸਾਡੇ ਆਇਆਂ ਦਾ ਕੀ ਰੀਤ ਲਿਆ ਦੇ ਕੋਈ ਮੁਹੱਬਤ ਪਿਆਰ ਕੋਈ ਫਾਈਨਲ ਜੀ ਗੱਲ ਪੱਕੀ ਸੁਣਾਓ ਮੈਂ ਆਪਣੀ ਰਜਬ ਅਲੀ ਬਹੁਤ ਚੰਗੀ ਹੈ ਅਲਾ ਮਾਸ਼ਾਅੱਲਾ ਆ ਗਿਆ ਨਾ ਜਿਹੜਾ ਭਰਾ ਆ ਗਿਆ ਮੈਂ ਉੱਤੇ ਸਿਰ ਤੇ ਆ ਕੇ ਚੋ ਗਿਆ ਇਨਸ਼ਾਅੱਲਾ ਮੈਂ ਨਹੀਂ ਛੱਡੇਗਾ ਔਰ ਮੈਚ ਤੇਰੀ ਇਸ ਚੁਆਇਸ ਨੂੰ ਲੈ ਕੇ ਜਾਏਗਾ ਨਾ ਇਨਸ਼ਾਅੱਲਾ ਉਲਾਮਾ ਨਹੀਂ ਆਪਣੋ ਆਏਗਾ ਜੀ ਉਹ ਤਾਂ ਵੈਸੇ ਹੀ ਚੈੱਕ ਹੋ ਗਈ ਲਾਮੇ ਵਾਲੀ ਚੀਜ਼ ਹੀ ਨਹੀਂ ਹੈਗੀ ਦੂਸਰੀ ਗੱਲ ਹੈ ਕੋਈ ਪੱਕੀ ਜੀ ਰੇਟ ਦੱਸ ਦਿਓ ਵੀ ਇੱਥੇ ਭਾਈ ਜੀ ਆਪਾਂ ਫਾਈਨਲ ਦੇ ਦੇਣੀ ਇੱਕੋ ਗੱਲ ਹਾਂ ਇੱਕੋ ਆਵਾਜ਼ ਹੋ ਜਾਣੀ ਚਾਹੀਦੀ 7,70,000 ਲੋ ਜੀ ਦੋਸਤੋ ਮਾਲਕਾਂ ਦਾ ਕਹਿਣਾ ਕਿ ਚਾਰ ਚਵਾਈਆਂ ਵੀ ਕੋਈ ਦੋਸਤ ਕਰੇ ਤੇ ਅਸੀਂ ਕਰਾਉਣ ਨੂੰ ਤਿਆਰ ਹਾਂ 14 ਕਿਲੋ ਦੁੱਧ ਦੇ ਜਿੰਨਾ ਮੈਂ ਦੱਸਿਆ ਕੋਈ ਨਹੀਂ ਜਿੰਨਾ ਮੈਂ ਦੱਸਿਆ ਇਨਸ਼ਾਅੱਲਾ ਮੈਂ 14 ਨੂੰ ਦੱਸਦਾ ਵੇ ਨਾ ਅਲਹਮਦੁਲਿਲਾ ਅੱਲਾਹ ਪਾਕ ਦੀ ਰਹਿਮਤ ਨਾਲ 15 ਕਿਲੋ ਕਰੇਗਾ ਲੇਕਿਨ ਮੈਂ ਕਿਲੋ ਘਰ ਦੱਸਿਆ ਕੱਲ ਨੂੰ ਬੰਦੇ ਆ ਗਏ ਉਹ ਨਾ ਕਰਨ ਘਰ ਆ ਕੇ ਸਫਰ ਕਰਕੇ ਬੰਦੇ ਆ ਗਏ ਬੰਦਾ ਆਪਾਂ ਨੂੰ ਲਾਮਾ ਨਾ ਦੇਵੇ ਜੀ ਅਲਹਮਦੁਲਿਲਾ ਤੇ ਮਾਸ਼ਾਅੱਲਾ ਜੀ ਦੋਸਤੋ 7,70,000 ਰੁਪਏ ਡਿਮਾਂਡ ਦੋ ਚੱਕ ਲਈਏ ਦੁੱਧ ਚੁੱਕ ਆਹੋ ਕਰ ਇੱਕ ਹੋਰ ਸੁਣ ਲਓ ਮੈਂ ਇਹ ਨਹੀਂ ਮੈਂ ਦੂਸਰੀ ਗੱਲ ਹੈ ਮਾਸ਼ਾਅੱਲਾ ਜੀ ਢਾਕਾਂ ਖੁੱਡਾ ਆਹੋ ਮੈਂ ਔਰ ਮਾਸ਼ਾਅੱਲਾ ਅਸੀਲ ਸਾਊ ਮਾਜੇ ਲਓ ਜੀ ਮਾਸ਼ਾਅੱਲਾ ਚੈੱਕ ਕਰੋ ਹਰ ਪਾਸ ਵੇ ਨਹੀਂ ਪਾਵਾਂ ਬੱਚਾ ਵੀ ਮੂੰਹ ਫੜੇਗਾ ਤੇ ਇਨਸ਼ਾਅੱਲਾ ਮੱਝ ਹੱਲੇਗੀ ਨਹੀਂ ਔਰ ਦੋਸਤੋ ਕਿਸੇ ਮੇਰੇ ਵੀਰ ਦੇ ਪਸੰਦ ਆਵੇ ਆਪਣਾ ਰਾਬਤਾ ਨੰਬਰ 0307-6563-651 ਆਪਣਾ ਵਟਸਐਪ ਤੇ ਈਮੋ ਨੰਬਰ ਹੈ ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਮੇਰੇ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਨਿਗਬਾਨ ਪਾਕਿਸਤਾਨ ਜ਼ਿੰਦਾਬਾਦ